ਚੋਲਦੀ ਹੈ बैठे ने उन्हां दी वापसी होवे। सत सत महीने हो गए उन्होंने बैठिया पर उन्हां दी कोई सुनवाई नहीं की। साडे बच्चे इन्ने शहीद हो गए उत्थे कोई किसी ने उन्हूं कंजर नूं मासा जी नहीं कि तरस का मस नहीं होया। उन्हें सारिया ट्रेना वेच दित्तियां, सारा कुछ वेच दिता। एक चाह बना बना मंत्री बनाता उन्हूं, पता नहीं किस कंजर ने बनाता उन्हूं कि जिहड़ा कोई मंत्री जिहड़ा बन बन के उत्ते सीट ते बह गया। इहो जिहे कुत्ते नूं तां कदे रोटी नूं खैर ना मिले। ठीक है, इस करके साडे काले कानून वापस करे, साडे बच्चे उत्थों उठण, साडे जिहड़े शहीद होए आ उहनां दा उहनूं कोई दुख नहीं हैगा। लेकिन सानूं बहुत ज़्यादा दुख आ कि साडे वो बच्चे ने उत्थे बैठे, पर इहनां नूं इह चीज़ चाहीदी आ कि काले कानून वापस कर। आज तो 12 तक पेट्रोल का मकसद है, सिलेंडरां दा वा, हर चीज़ का सानूं की हैगा, हर चीज़ सरों का तेल है, हर चीज़ महंगी आ। मकसद यो कि कोई चीज़ नहीं सस्ती, हर चीज़ आ जाती है। ठीक है, पूरी रसोई हिल गई है। ठीक है, कहीं अभी जो 200 रुपये 100 रुपये लीटर तेल से वो 150-200 रुपये ने किया। ठीक है, इतना चीज़ों असं लैके इतने आए हैं। ਸਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ, ਇਹ ਸਾਡੀਆਂ ਜਿਹੜੀਆਂ ਮਹਿੰਗਾਈਆਂ ਨੇ ਇਹ ਪੱਤੇ ਨੇ ਸਭ ਇਹ ਬੰਦ ਹੋਣੇ ਚਾਹੀਦੇ ਆ। ਜੋ ਰੇਟ ਪਹਿਲਾਂ ਚੱਲ ਰਿਹਾ ਸੀ ਸਾਨੂੰ ਉਹੀ ਰੇਟ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਭੁਪਿੰਦਰ ਸਿੰਘ ਬਾਹਲ ਆ, ਲੋਕ ਭਲਾਈ ਸਮਾਜ ਸੇਵਾ ਗਰੁੱਪ ਦਾ ਵੀ ਪ੍ਰਧਾਨ ਆ ਮੈਂ। ਬੜੇ ਅਸੀਂ ਜਿਹੜੇ ਭਲੇ ਦੇ ਕੰਮ ਕੀਤੇ ਆ, ਪਹਿਲਾਂ ਵੀ ਕੀਤੇ ਆ। ਇਹ ਜਿਹੜੇ ਜਦੋਂ ਦਾ ਇਹ ਚੱਲ ਰਿਹਾ ਮਤਲਬ ਜਦੋਂ ਦਾ ਪ੍ਰੋਸੀਜਰ ਉਦੋਂ ਪਹਿਲਾਂ ਦੇ ਵੀ ਕੀਤੇ ਆ, ਪਰ ਜਿੰਨਾ ਹੁਣ ਇਹ ਮੋਦੀ ਨੇ ਦੁਖੀ ਕਰਤਾ ਆ। ਅਸੀਂ 8-8, 10-10 ਬੰਦੇ ਸਿਰ 'ਤੇ ਪੈਟਰੋਲ ਪਾ ਕੇ ਪੂਰੇ ਕੱਪੜਿਆਂ ਨੂੰ ਅੱਗ ਲਾ ਕੇ ਅਤੇ ਅਸੀਂ ਇੱਥੇ ਆਪਣੀ ਆਤਮ ਹੱਤਿਆ ਕਰ ਦਾਂਗੇ, ਕਿਉਂਕਿ ਉੱਥੇ ਵੀ ਤਾਂ ਸ਼ਹੀਦ ਹੋਣਾ ਆ, ਉਹ ਇੱਥੇ ਵੀ ਸ਼ਹੀਦ ਹੋ ਸਕਦੇ ਆ। ਕਿਉਂਕਿ ਜ਼ਰੂਰੀ ਨਹੀਂ ਆ ਕਿ ਦਿੱਲੀ ਜਾ ਕੇ ਹੀ ਮਰਨਾ ਆ, ਅਤੇ ਉਹਨੂੰ ਝੀਦੀ ਕਹਿੰਦੇ, ਝੀਦੀ ਇੱਥੇ ਵੀ ਹੋ ਸਕਦੀ ਆ। ਅਸੀਂ 10-10 ਬੰਦੇ ਮੁੰਡੇ ਨੌਜਵਾਨ ਉੱਥੇ ਪੈਟਰੋਲ ਪਾਵਾਂਗੇ ਜਿਹੜਾ ਇਹਨੇ ਮਹਿੰਗਾ ਕੀਤਾ, ਡੀਜ਼ਲ ਪਾਵਾਂਗੇ ਜਿਹੜਾ ਇਹਨੇ ਮਹਿੰਗਾ ਕੀਤਾ, ਉਹ ਅਸੀਂ ਪਾ ਕੇ ਅੱਗ ਲਾਵਾਂਗੇ। ਜਿਹੜੇ ਜਿਹੜੇ ਵਿੱਚ ਸਿਲੰਡਰ ਆ ਭਰੇ ਵੀ ਹੋਏ ਆ, ਜੇ ਸਾਨੂੰ ਜ਼ਰੂਰਤ ਪਈ ਅਸੀਂ ਇਹਨਾਂ ਨੂੰ ਵੀ ਖੋਲ ਦਾਂਗੇ। ਅੱਜ ਜਿਹੜਾ ਅਰਥੀ ਮੁਜ਼ਾਰਾ ਇਹ ਲਿਆਂਦਾ, ਦੀਪ ਪੁਤਲਾ ਲਿਆਂਦਾ, ਇਹ ਕਾਰੀਗਰੋਂ ਲਿਆਂਦਾ ਗਿਆ, ਇਹ ਇਸ ਕਰਕੇ ਲਿਆਂਦਾ ਗਿਆ ਆ ਕਿ ਅਸੀਂ ਤੁਹਾਨੂੰ ਦੱਸਿਆ ਆ ਪਹਿਲਾਂ ਕਿ ਅਸੀਂ ਕਿਸਾਨ ਦੀ ਐਰਕੀ ਕਣਕ ਦਾ ਕੀ ਬਣਿਆ, ਐਰਕੀ ਝੋਨਾ ਨਹੀਂ ਲੋਕ ਲਾ ਰਹੇ ਡਰਦੇ ਕਿ ਪ੍ਰਾਣੀ ਮੋਦੀ ਨੇ ਕੀ ਕਰ ਦੇਣਾ, ਕਿਉਂਕਿ ਅਸੀਂ ਕਿਸਾਨ ਹਾਂ, ਸਾਨੂੰ ਡਰ ਪਿਆ ਆ ਕਿ ਇਹਨੇ ਕੀ ਕਰਨਾ, ਕਰਨਾ ਇਹਨੇ ਹੀ ਆ।
ਜੋਗ ਪਿੱਛੋਂ ਕਮਾਉਣੀ ਆ ਇਹਨੇ ਕਮਾਉਣੀ ਨਾ ਕਿਸੇ ਦਾ ਆੜਤੀਏ ਦਾ ਫਲਾਣੇ ਦਾ ਇਹਦਾ ਟਿਮਕੜੇ ਦਾ ਲੱਗ ਜਾਂਦਾ ਆ ਅਤੇ ਪਰ ਅਸੀਂ ਸਿਲੰਡਰ ਦੇ ਜੇ ਇੱਥੇ ਕੋਈ ਪਰੇਸ਼ਾਨ ਕਰੂਗਾ ਤਾਂ ਅਸੀਂ ਸਿਲੰਡਰ ਇੱਕ ਖੋਲ ਵੀ ਦੇਵਾਂਗੇ ਅੱਗ ਲਾ ਦਾਂਗੇ ਇੱਥੇ ਦੋ ਚਾਰ ਜਾਣੇ ਸ਼ਹੀਦ ਹੋ ਜਾਣਗੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਫਰਕ ਨਹੀਂ ਪੈਂਦਾ ਹਾਂਜੀ ਭਾਈ ਆਪਣਾ ਨਾਮ ਦੱਸ ਕੇ ਆਪਣਾ ਦੱਸ ਕੇ ਆਪਣੇ ਮਾਮਲੇ ਬਾਰੇ ਤੇ ਕੀ ਹੈਗਾ ਜੋ ਮਕਸਦ ਜਿਹੜਾ ਧਰਨਾ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪਿੰਡ ਸੁਲਤਾਨਵਿੰਡ ਤੇ ਨਾਮ ਆਪਣਾ ਹੈਗਾ ਸੋਨੂ ਮਾਲ ਅਸੀਂ ਵੀਰ ਜੀ ਜਿਹੜਾ ਅੱਜ ਧਰਨਾ ਲਾਇਆ ਵਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸੰਯੁਕਤ ਮੋਰਚੇ ਦਾ ਸਾਨੂੰ ਸੱਦਾ ਆਇਆ ਸੀ ਇੱਕ ਤਿੰਨ ਕਾਲੇ ਕਾਨੂੰਨ ਦੇ ਰੱਦ ਕਰਾਉਣ ਵਾਸਤੇ ਅਸੀਂ ਡਹਿ ਜਾਂ ਸੰਘਰਸ਼ ਕਰਨ ਇਹ ਅੱਜ ਅਸੀਂ ਦੱਸ ਦੇਣਾ ਚਾਹੁੰਦੇ ਜਿਹੜਾ ਬੜੇ ਵੱਡੇ ਲੈਵਲ 'ਤੇ ਇੱਕ ਮਹਿੰਗਾਈ ਹੋ ਰਹੀ ਆ ਗੈਸ ਸਿਲੰਡਰ ਡੀਜ਼ਲ ਪੈਟਰੋਲ ਅਸੀਂ ਉਹਨਾਂ ਚੀਜ਼ਾਂ ਨੂੰ ਰੋਕਥਾਮ ਪਾਉਣ ਵਾਸਤੇ ਅੱਜ ਇੱਥੇ ਸੰਘਰਸ਼ ਜਿਹੜਾ ਲੜਦਾ ਆ ਅਤੇ ਲੜਦੇ ਰਹਾਂਗੇ ਅੱਜ ਤੁਸੀਂ ਇੱਥੇ ਜਾਮ ਕੀਤਾ ਗਿਆ ਕਿ ਤੁਹਾਨੂੰ ਪੁਲਿਸ ਨੇ ਕੋਈ ਕੀ ਕਿਹਾ ਗਿਆ ਹਾਂਜੀ ਪੁਲਿਸ ਅੱਜ ਰਾਤ ਤੁਹਾਨੂੰ ਜਾਮ ਕਰਨ ਤੋਂ ਰੋਕਿਆ ਗਿਆ ਪੁਲਿਸ ਵੱਲੋਂ ਇਹ ਪੁਲਿਸ ਪ੍ਰਸ਼ਾਸਨ ਕਹਿੰਦਾ ਸੀ ਤਾਂ ਰਾਹ ਛੱਡੋ ਅਸੀਂ ਆਖਿਆ ਬੰਦੇ ਦੇ ਵਿੱਚ ਵੀ ਅੱਗੇ ਇੱਕ ਦੁਰਘਟਨਾ ਹੋਈ ਆ ਤਿੰਨ ਚਾਰ ਬੀਬੀਆਂ ਥੱਲੇ ਟਰੈਕਟਰ ਘਸੀਟ ਕੇ ਲੈ ਗਿਆ ਸੀ ਜੇ ਇੱਥੇ ਵੀ ਕਿਸੇ ਦਾ ਨੁਕਸਾਨ ਹੋ ਜਾਏ ਪ੍ਰਸ਼ਾਸਨ ਜ਼ਿੰਮੇਵਾਰ ਆ ਕਿਤੇ ਅਸੀਂ ਇਸ ਕਰਕੇ ਰਾਹ ਟੋਟਲ ਬੰਦ ਕਰਕੇ ਉੱਤੋਂ ਦੀ ਗੱਡੀਆਂ ਲੰਘਾਉਂਦੇ ਹਾਂ ਇੱਧਰੋਂ ਦੀ ਲੰਘਾਉਂਦੇ ਹਾਂ ਦੁਨੀਆਂ ਨੂੰ ਪਬਲਿਕ ਨੂੰ ਪਰੇਸ਼ਾਨੀ ਨਹੀਂ ਦੇਣ ਦੇ ਆ ਜਿਹੜਾ ਪੁਤਲਾ ਦੀ ਇੱਥੇ ਸਾੜਿਆ ਜਾਏਗਾ ਅੱਜ ਹਾਂਜੀ ਜਿਹੜਾ ਪੁਤਲਾ ਵਾ ਠੀਕ 12 ਵਜੇ ਨਾਲ ਇੱਥੇ ਸਾੜਿਆ ਜਾਏਗਾ ਕਿਸ ਵਿਅਕਤੀ ਦਾ ਪੁਤਲਾ ਬਣਾਇਆ ਗਿਆ ਇਹ ਹੀ ਮੋਦੀ ਦਾ ਬਣਾਇਆ ਗਿਆ ਆ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਦਾ ਪੁਤਲਾ ਬਣਾ ਕੇ ਇੱਥੇ ਲਿਆਂਦਾ ਗਿਆ ਜੀ ਫੱਟੇ ਦੇ ਉੱਤੇ ਪਾ ਕੇ ਲਿਆਂਦਾ ਜਿਸ ਤਰ੍ਹਾਂ ਮਰੇ ਬੰਦੇ ਨੂੰ ਲਿਆਂਦਾ अकाली कांग्रेस भाजपा सरकार मुर्दाबाद मोदी 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 सरकार संयुक्त मोर्चा जिंदाबाद भारत के लोगों का एका जिंदाबाद।